ਪਾਸੋਂ ਚੋਟ ਮੈਨੂੰ ਆਇਆ ਸੀ ਉਹਨੇ ਫੋਨ ਤੇ ਕਰਦਾ ਭਾਈ ਸਬਜ਼ੀ ਦੇਇਓ मेरा नाम जगदीशपाल सिंह वेखो धरना असी नहीं लवाया धरना सरकार ने लवाया क्योंकि सरकार जिहड़ियां वा वो आप कुछ नहीं करना चाहुंदियां सारा कुछ दूजे दे कोलों करवाउणा चाहुंदियां कि एक सारा कुछ करन पर असी जिहड़ी चीज़ दे असमर्थ आ जिहड़ी असी नहीं कर सकते सरकार उत्ते साडे ते परचे करदी आ सब तो पहली मंग साड़ी पराली दी आ सरकार कहिंदी आ कि अग नहीं लाउणी अग तो बगैर साडे कोल हल है नहीं कुछ लोग आ जिहड़े अग नहीं ला के पराली नूं विचवा सकदे आ जिन्हां दे कोल पूरे साधन हैगे आ जिन्हां दे कोल साधन नहीं हैगे जां जिहड़े आर्थिक तौर ते असमर्थ आ इन्ना खर्चा वह आपदे घर दे विचों करके पराली नूं थले नहीं दबा सकते क्योंकि यह कोई निक्की जी चीज तो है नहीं कि टोआ कढ़िया तो नपती ये वास्ते खर्चा करना पैंदा वड्डे वड्डे ट्रैक्टर चाहिए आ सो उतों असमर्थ आ ते जिहड़ियां गंढां बन्नण वालियां इन्हां ने मशीनां दित्तियां सी ओह कुछ एरिए चाहीआं बाकियां दे कईआं दे रीपर फिरे रह गए उन्हां दीआं कणकां लेट हुंदीआं सी अगली फसल लेट हुंदी उन्हां ने फिर अग लाती जिहड़ियां गंढां चुकण वालियां मशीनां वी आ ਉਹ ਵੀ ਅੱਧਾ ਵਿਚਦਾ ਜਾਂ ਚੁੱਕਦੀਆਂ ਅੱਧਾ ਥੱਲੇ ਰਹਿ ਜਾਂਦਾ ਫਿਰ ਉਹਨੂੰ ਵੀ ਅੱਗ ਲਾਉਣੀ ਪੈਂਦੀ ਆ ਮੁੜ ਕੇ ਅੱਗ ਲੱਗੀ ਵੇਖ ਕੇ ਇਹਨਾਂ ਦਾ ਜਿਹੜਾ ਰਡਾਰ ਆ ਲੋਕੇਸ਼ਨ ਚੁੱਕ ਲੈਂਦੇ ਆ ਫਿਰ ਉੱਥੇ ਫਟਾਫਟ ਟੀਮਾਂ ਆ ਜਾਂਦੀਆਂ ਕਿ ਅੱਗ ਲੱਗ ਗਈ ਆ ਫਿਰ ਰੈਡ ਐਂਟਰੀਆਂ ਕਰਦੇ ਆ ਜੁਰਮਾਨਾ ਪਾਉਂਦੇ ਆ ਫਿਰ ਉਹਨਾਂ 'ਤੇ ਪਰਚੇ ਕਰਦੇ ਆ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੇ ਤੁਹਾਡੇ ਸੈਟੇਲਾਈਟ ਇੰਨਾ ਕੰਮ ਕਰਦੇ ਜਿੱਦਣ ਕਣਕ ਨੂੰ ਅੱਗ ਲੱਗਦੀ ਆ ਉਦਣ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਆਉਂਦੀ ਉਦਣ ਕੋਈ ਉੱਥੇ ਪ੍ਰਸ਼ਾਸਨ ਨਹੀਂ ਆਉਂਦਾ ਜੇ ਕਿਸੇ ਦੇ ਘਰ ਚੋਰੀ ਹੋ ਜਾਂਦੀ ਆ ਤਾਂ ਥਾਣੇ ਵਾਲੇ ਪ੍ਰਸ਼ਾਸਨ ਕਹਿੰਦੇ ਸਾਡੇ ਕੋਲ ਤੇ ਨਫਰੀ ਨਹੀਂ ਹੈਗੀ ਪੁਲਿਸ ਦੇ ਵਿੱਚ ਆਦਮੀ ਘੱਟ ਆ ਤੇ ਜਿੱਦਣ ਹੁਣ ਪਰਚੇ ਕਰਨੇ ਉੱਥੇ ਗੱਡੀਆਂ ਫਟਾਫਟ ਭੱਜੀਆਂ ਫਿਰਦੀਆਂ ਇੰਨੇ ਕਿੱਥੋਂ ਆ ਜਾਂਦੇ ਆ ਇਹ ਸਾਡੀ ਵਾਰੀ ਜਦੋਂ ਲੋੜ ਹੁੰਦੀ ਉਦੋਂ ਕੋਈ ਵੀ ਨਹੀਂ ਆਉਂਦਾ ਦੂਜੀ ਮੰਗ ਸਾਡੀ ਹੈਗੀ ਆ ਫਲਾਈਓਵਰ ਜਿਹੜੇ ਆਪਣੇ ਬਣ ਰਹੇ ਆ ਭਾਰਤਮਾਲਾ ਤਹਿਤ ਵੱਡੇ ਵੱਡੇ ਰੋਡ ਉਹਨਾਂ ਦੀ ਸਾਡੀ ਮੰਗ ਆ ਵੀ ਉਹਨਾਂ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਉਹ ਸਾਨੂੰ ਨਹੀਂ ਬਣਾਉਣੇ ਚਾਹੀਦੇ ਜੇ ਇਹ ਬਣਾਉਣਾ ਚਾਹੁੰਦੇ ਆ ਅਡਾਨੀਆਂ ਬਾਨੀਆਂ ਨੂੰ ਇਹ ਫਾਇਦਾ ਦੇਣਾ ਚਾਹੁੰਦੇ ਆ ਤੇ ਉਹਦਾ ਮਾਡਲ ਰੱਦ ਕਰਕੇ ਪਹਿਲਾਂ ਦੁਆਰਾ ਪਿੱਲਰਾਂ ਦੇ ਉੱਤੇ ਉਹ ਮਾਡਲ ਬਣਾਏ ਜਾਣ ਨਾ ਕਿ ਉੱਥੇ ਮਿੱਟੀ ਪਾ ਕੇ ਬੰਨ ਮਾਰੇ ਜਾਣ ਸਾਡੀਆਂ ਫਸਲਾਂ ਵੀ ਬਰਬਾਦ ਹੁੰਦੀਆਂ ਵਾ ਜ਼ਮੀਨ ਬਰਬਾਦ ਹੁੰਦੀ ਆ ਉਹਦੇ ਤੋਂ ਸਾਡੇ ਉੱਥੇ ਦਰਿਆ ਦੇ ਲਾਗੇ ਲਾਗੇ ਜਦੋਂ 12 ਫੁੱਟ ਉੱਚੀ ਮਿੱਟੀ ਪਾ ਦੇਣਗੇ ਤੇ ਜੇ ਪਾਣੀ ਨਿਕਲਦਾ ਵਾ ਤੇ ਉਹ ਪਾਣੀ ਕਿੱਧਰ ਨੂੰ ਜਾਊਗਾ ਦੱਸੋ 12 ਫੁੱਟ ਪਾਣੀ ਤੇ ਡਾਫ ਲੱਗ ਗਿਆ ਤੇ 12 ਫੁੱਟ ਦੇ ਵਿੱਚ ਤੇ ਸਾਰਾ ਕੁਝ ਡੁੱਬ ਜਾਣਾ ਇਸ ਕਰਕੇ ਸਾਡੀ ਮੰਗ ਇਹ ਆ ਕਿ ਜੇ ਇਹਨਾਂ ਨੇ ਬਣਾਉਣਾ ਵਾ ਉਹਨੂੰ ਪਿੱਲਰਾਂ ਦੇ ਉੱਤੇ ਬਣਾਇਆ ਜਾਵੇ ਜਿੱਦਾਂ ਦਿੱਲੀ ਦੇ ਵਿੱਚ ਮੈਟਰੋ ਚੱਲਦੀ ਆ ਜਾਂ ਹੋਰਨਾਂ ਸ਼ਹਿਰਾਂ ਦੇ ਲੁਧਿਆਣੇ ਵਰਗੇ ਸ਼ਹਿਰਾਂ ਦੇ ਵਿੱਚ ਜਿੱਦਾਂ ਫਲਾਈਓਵਰ ਬਣੇ ਆ ਇਦਾਂ ਹੀ ਉਹ ਸੜਕ ਜੇ ਬਣਾਉਣੀ ਚਾਹੁੰਦੇ ਬਣਾਉਣ ਉਸ ਤੋਂ ਬਾਅਦ ਚਿੱਪ ਵਾਲੇ ਮੀਟਰ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਕਿ ਇਹਨਾਂ ਨੇ ਚਿੱਪ ਵਾਲੇ ਮੀਟਰ ਸਰਕਾਰ ਨੇ ਧੱਕੇ ਨਾਲ ਲਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਹੋਈ ਆ ਅਸੀਂ ਕਹਿੰਦੇ ਪੁਰਾਣਾ ਮਾਡਲ ਜਿਹੜਾ ਮੀਟਰ ਚੱਲਦਾ ਸੀ ਕਾਲਾ ਉਹੋ ਹੀ ਲਾਇਆ ਜਾਵੇ ਜੇ ਇਹਨਾਂ ਨੇ 600 ਯੂਨਿਟ ਮਾਫ਼ ਕੀਤੀ ਆ ਤਾਂ ਫਿਰ ਇਹਨਾਂ ਨੂੰ ਮੀਟਰ ਲਾਉਣ ਦੀ ਕੀ ਲੋੜ ਪੈ ਗਈ ਆ ਉਹ ਕਿਹੜਾ ਯੂਨਿਟਾਂ ਨਹੀਂ ਵਿਖਾਉਂਦਾ ਉਹ ਵੀ ਯੂਨਿਟਾਂ ਵਿਖਾਉਂਦਾ ਹੀ ਆ ਇਸ ਕਰਕੇ ਇਹਨਾਂ ਦੀ ਨੀਤੀ ਸਾਫ਼ ਸਾਫ਼ ਇਹ ਆ ਕਿ ਉਹ ਚਿੱਪ ਵਾਲੇ ਮੀਟਰ ਲਾ ਕੇ ਕਾਰਪੋਰੇਟ ਘਰਾਣਿਆਂ ਦੇ ਹੱਥ ਸਾਰਾ ਕੁਝ ਦੇਣਾ ਕਿ ਉਹ ਮਨ ਮਰਜ਼ੀ ਦੀ 16 ਰੁਪਏ ਯੂਨਿਟ ਦੇ ਨਾਲ ਉਹਦੀ ਸ਼ੁਰੂਆਤ ਹੋਣੀ ਆ ਉਹ ਫਿਰ ਇਹ ਉਹ ਮੀਟਰ ਲਾ ਕੇ ਲੋਕਾਂ ਨੂੰ ਮਹਿੰਗੀ ਬਿਜਲੀ ਵੇਚਣਗੇ
जिहड़ी इह मुफ्त बिजली दे नां ते लोकां नूं पछड़ाया गया वा वो सारा कुछ इन्होंने खत्म कर देना जो तो चिप वाले मीटर लग गए। हाँ जी वेखो फिर साढ़े आगू फिलहाल गए हुए अंदर जे तो कुछ ना कुछ सानू बाकी सारे पंजाब हरियाणे भी धरने लगे आं वेखते हैं सरकार की रिस्पोंस दिंदी आ क्योंकि इन्होंने अफसर ने भी जो रिस्पोंस आ एक दूजे को पुछ के ही देना भी सलाह करके तो जो असं उलीक लाँगे जिदा का कुछ सूँ मिल लगेगा साढ़े हक हैगी गल फिर ठीक है अं चल जाएंगे नहीं तो फिर अं आपकी रूपरेखा नवी उलीक के फिर धरना लंबा कर लाँगे कोई गल नहीं। जगदीशपाल सिंह पिंड चकबाउनिया जिला जलंधर शाहकोट।